ਪਹਿਲਾਂ ਪਤਨੀ ਨੂੰ ਪਿਆਈ ਸ਼ਰਾਬ, ਨਸ਼ੇ 'ਚ ਚਾਕੂ ਮਾਰ ਕੇ ਕੀਤਾ ਕਤਲ, ਫਿਰ ਜ਼ਖਮਾਂ 'ਚ ਭਰ ਦਿੱਤਾ ਜਰਦਾ। ਆ ਦੇਖੋ ਜ਼ਾਲਮ ਪਤੀ ਦੀ ਦਰਿੰਦਗੀ। ਤਾਂ ਦੱਸ ਦੇ ਕਿ ਹਰ ਘਰ ਦੇ ਵਿੱਚ ਪਤੀ ਪਤਨੀ ਦੇ ਵਿੱਚ ਬਹਿਸ ਹੁੰਦੀ ਰਹਿੰਦੀ ਹੈ ਅਤੇ ਲੜਾਈਆਂ ਵੀ ਹੁੰਦੀਆਂ ਰਹਿੰਦੀਆਂ ਨੇ, ਪਰ ਇਸ ਦਰਿੰਦੇ ਨੇ ਤਾਂ ਆਪਣੀ ਪਤਨੀ ਨਾਲ ਅਜਿਹਾ ਕਾਰਾ ਕੀਤਾ, ਇਹ ਸੁਣ ਕੇ ਸ਼ਾਇਦ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ। ਤਾਂ ਦੱਸ ਦੇ ਕਿ ਪਤਨੀ ਇਸ ਨੂੰ ਸ਼ਰਾਬ ਪੀਣ ਤੋਂ ਹਮੇਸ਼ਾ ਰੋਕਦੀ ਸੀ, ਜਿਸ ਕਾਰਨ ਇਸ ਦੀ ਹਮੇਸ਼ਾ ਲੜਾਈ ਹੁੰਦੀ ਰਹਿੰਦੀ ਸੀ। ਅਤੇ ਇਸ ਲੜਾਈ ਤੋਂ ਇਹ ਇੰਨਾ ਪਰੇਸ਼ਾਨ ਹੋ ਗਿਆ ਕਿ ਇਸਨੇ ਪਹਿਲਾਂ ਤਾਂ ਆਪਣੀ ਪਤਨੀ ਨੂੰ ਧੱਕੇ ਦੇ ਨਾਲ ਸ਼ਰਾਬ ਪਿਆਈ, ਫਿਰ ਚਾਕੂ ਮਾਰ ਮਾਰ ਕੇ ਆਪਣੀ ਪਤਨੀ ਨੂੰ ਜ਼ਖਮੀ ਕਰ ਦਿੰਦਾ। ਅਤੇ ਇਸਦੀ ਦਰਿੰਦਗੀ ਹਾਲੇ ਵੀ ਖਤਮ ਨਹੀਂ ਹੁੰਦੀ, ਅਤੇ ਫਿਰ ਇਹ ਉਸਦੇ ਜ਼ਖਮਾਂ ਦੇ ਵਿੱਚ ਜਰਦਾ ਭਰ ਦਿੰਦਾ, ਜਿਸ ਕਾਰਨ ਇਸ ਮਹਿਲਾ ਦੀ ਤੜਫ ਤੜਫ ਕੇ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਇਸ ਮਹਿਲਾ ਦੇ ਪਤੀ ਨੂੰ ਕਾਬੂ ਕਰ ਲਿਆ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਸ਼ਖਸ ਸ਼ਰਾਬ ਪੀਣ ਦਾ ਆਦੀ ਸੀ, ਤਾਂ ਇਸਦੇ ਵੱਲੋਂ ਘੱਟੋ ਘੱਟ 4 ਤੋਂ 5 ਵਾਰ ਇਸ ਮਹਿਲਾ ਦੇ ਚਾਕੂ ਦੇ ਨਾਲ ਵਾਰ ਕੀਤੇ ਗਏ। ਤਾਂ ਜਿਵੇਂ ਹੀ ਮਹਿਲਾ ਦੇ ਪਰਿਵਾਰ ਨੂੰ ਇਸ ਸੰਬੰਧੀ ਜਾਣਕਾਰੀ ਮਿਲਦੀ ਆ, ਉਹ ਤੁਰੰਤ ਮੌਕੇ 'ਤੇ ਪਹੁੰਚਦੇ ਨੇ ਅਤੇ ਪੁਲਿਸ ਨੂੰ ਇਸ ਸੰਬੰਧੀ ਸੂਚਨਾ ਦਿੰਦੇ ਨੇ। ਤਾਂ ਜਿਵੇਂ ਹੀ ਪੁਲਿਸ ਉੱਥੇ ਪਹੁੰਚਦੀ ਹੈ, ਉਹਨਾਂ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਅਤੇ ਇਸ ਮਹਿਲਾ ਦੇ ਪਤੀ ਨੂੰ ਵੀ ਮੌਕੇ ਤੋਂ ਕਾਬੂ ਕਰ ਲਿਆ ਗਿਆ। ਤਾਂ ਪਤੀ ਦੀ ਦਰਿੰਦਗੀ ਵੇਖਣ ਨੂੰ ਮਿਲੀ ਹੈ, ਜਿੱਥੇ ਕਿ ਮਹਿਲਾ ਇਸ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ, ਇਸਦੇ ਵੱਲੋਂ ਪਹਿਲਾਂ ਤਾਂ ਜ਼ਬਰਦਸਤੀ ਉਸ ਨੂੰ ਸ਼ਰਾਬ ਪਿਆਈ ਗਈ, ਤਾਂ ਫਿਰ ਨਸ਼ੇ ਦੀ ਹਾਲਤ ਦੇ ਵਿੱਚ ਉਸਦੇ 4 ਤੋਂ 5 ਵਾਰ ਚਾਕੂਆਂ ਦੇ ਨਾਲ ਵਾਰ ਕਰਦਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਜਾਂਦੀ ਹੈ ਅਤੇ ਫਿਰ ਇਹ ਉਸਦੇ ਜ਼ਖਮਾਂ 'ਤੇ ਜਰਦਾ ਭਰਨ ਲੱਗ ਜਾਂਦਾ, ਜਿਸ ਕਾਰਨ ਇਸ ਮਹਿਲਾ ਦੀ ਤੜਫ ਤੜਫ ਕੇ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਦੱਸ ਦੇ ਕਿ ਮਾਮਲਾ ਸੋਹਨਾ ਤੋਂ ਸਾਹਮਣੇ ਆਇਆ, ਜਿੱਥੇ ਇਸ ਪਤੀ ਦੀ ਦਰਿੰਦਗੀ ਵੇਖਣ ਨੂੰ ਮਿਲੀ ਹੈ। ਇਹ ਤਾਂ ਕਿ ਸਿਸਟਰ ਕਾ ਮਰਡਰ ਹੋ ਗਿਆ, ਵਾਰਡ ਨੰਬਰ 13 ਪਾਰਟ ਕਰਾਉਣੇ ਸੇ, ਮੈਂ ਉਸਕਾ ਬ੍ਰਦਰ ਹੂੰ। ਕਿਆ ਮਾਮਲਾ ਥਾ, ਕਿਆ ਝਗੜਾ ਰਹਤਾ ਥਾ, ਕਬ ਸ਼ਾਦੀ ਹੋਈ ਥੀ? ਇਸਕੀ ਸ਼ਾਦੀ 15 ਵਰਸ ਪੂਰਵ ਹੋਈ ਥੀ। ਇਸਕੇ ਕੁਛ ਸ਼ਾਦੀ ਕੁਛ ਸਮੇਂ ਬਾਅਦ ਉਹ ਲੜਾਈ ਝਗੜੇ ਕਰਨੇ ਲਗਾ ਥਾ। ਦਾਰੂ ਪੀ ਕੇ ਮਾਤਾ ਸਿਸਟਰ ਮਨਾ ਕਰਤੀ ਥੀ ਕਿ ਭਾਈ ਕਿਉਂ ਪੀਤਾ ਹੈ, ਵਹੀ ਨਹੀਂ ਆਈ ਬਾਤ ਪਰ ਇਨੀ ਬਾਤੋਂ ਪਰ ਲੜਾਈ ਝਗੜਾ ਹੋਤਾ ਰਹਤਾ ਥਾ ਉਨਕਾ। ਤੋ ਆਪਕੋ ਕਿਸਨੇ ਖਬਰ ਦੀ ਜਬ ਇਹ ਮਾਮਲਾ ਹੋਇਆ? ਮੇਰੇ ਕੋ ਉਸਕੀ ਮੇਰੀ ਬਹਿਣ ਜੋ ਬਹਿਣ ਕੀ ਲੜਕੀ ਥੀ ਜੋ ਬਾਂਝ ਥੀ ਉਸਨੇ ਖਬਰ ਦੀ ਥੀ। ਕਿਆ ਬਤਾਇਆ ਉਸ ਬੱਚੇ ਨੇ? ਉਸਨੇ ਬਤਾਇਆ ਕਿ ਮੇਰੇ ਪਾਪਾ ਔਰ ਮੇਰੇ ਚਾਚਾ ਨੇ ਮੇਰੀ ਮੰਮੀ ਕੋ ਮਾਰ ਦਿਆ ਜਾਨ ਸੇ। ਤੋ ਇਸਨੇ ਕਿਸ ਚੀਜ਼ ਸੇ ਵਾਰ ਕੀਆ ਆਪਕੀ? ਇਸਨੇ ਚਾਕੂ ਛੁਰੀ ਸੇ ਵਾਰ ਕੀਆ। ਤੋ ਜੋ ਇਸਕਾ ਭਾਈ ਹੋ ਉਸਕਾ ਕਿਆ ਰੋਲ ਥਾ ਇਸਮੇ? ਉਸਕੇ ਭਾਈ ਕਾ ਸਾਥ ਰੋਲ ਥਾ, ਉਸਨੇ ਵੀ ਛੁਰੀ ਸੇ ਹਮਲਾ ਕੀਆ ਥਾ। ਕੌਣ ਹੈ ਆਰੋਪੀ, ਕਿਆ ਕਿਆ ਨਾਮ ਹੈ ਇਨ ਦੋਨੋਂ ਕੇ? ਇਨ ਦੋਨੋਂ ਕੇ ਅਜੇ ਪੁੱਤਰ ਕਾਲੇ ਰਾਮ, ਮਾਲਟੀ ਪੁੱਤਰ ਕਾਲੇ ਰਾਮ। ਔਰ ਆਪਣੀ ਸਿਸਟਰ ਕਾ ਨਾਮ ਕਿਆ ਹੈ? ਰਾਖੀ ਹੈ। ਤੋ ਇਸ ਸਮੇਂ ਵੋ ਕਹਾਂ ਪਰ ਘਰ ਪੇ ਮਿਲੇ ਥੇ ਜਬ ਆਪ ਆਏ ਥੇ? ਹਾਂ ਵੋ ਮੌਕੇ ਪਰ ਮਿਲ ਗਏ ਥੇ, ਦੋਨੋਂ ਦੇਖ ਲਿਆ ਥਾ ਹਮਨੇ। ਤੋ ਉਸਕੇ ਬਾਅਦ ਕਿਆ ਪੁਲਿਸ ਨੇ ਪਕੜ ਲਿਆ ਜਾਂ ਫਰਾਰ ਹੋ ਗਏ? ਨਹੀਂ, ਪਕੜ ਲਿਆ ਥਾ ਪੁਲਿਸ ਨੇ ਦੋਨੋਂ। ਦੋਨੋਂ ਕੋ ਪਕੜ ਲਿਆ? ਇੱਕ ਦੋਨੋਂ ਕੋ ਪਕੜ ਲਿਆ। ਤੋ ਕਿਆ ਆਰੋਪ ਹੈ ਆਪਕੋ ਇਸ ਕੇ ਪਾਸ? ਉਸ ਪੇ ਇਹ ਹੈ ਕਿ ਭਈ ਲੜਾਈ ਝਗੜਾ ਕਰਤਾ ਥਾ, ਮਾਰਤਾ ਪਿਤਾ ਥਾ, ਅੰਤ ਮੈਂ ਉਸਨੇ ਜਾਨ ਸੇ ਮਾਰ ਦਿਆ। मैं कल रात को करीब 10:30 बजे सूचना मिली थी, जिसमें कॉलर ने बताया था कि मेरी लड़की की हत्या कर दी गई है और जो कि डेड बॉडी वहीं पड़ी है। तो टीम मौका पर पहुंची थी, फिर मौका पर जाकर देखा तो वहीं पे मृतका का पिताजी भी मौजूद था। तो जिसने बताया कि इसके हस्बैंड ने ही, मतलब इसके पति ने ही चाकू मार कर इसकी हत्या कर दी गई है। जो मौका पर सीन ऑफ क्राइम टीम बुला गई है, मौके का निरीक्षण किया गया, उसके हस्बैंड को भी उसी टाइम राउंड अप कर लिया गया था। तो उसी दौरान डेड बॉडी को उठा के हॉस्पिटल रखवाया गया, अभी पोस्टमार्टम करवाया जा रहा है। पोस्टमार्टम के बाद जो भी आगामी कार्रवाई होगी अमल में लाई जाएगी। और हस्बैंड का ही नाम लिया था उन्होंने अपनी कंप्लेंट के दौरान, तो उसको गिरफ्तार किया जा चुका है, जिसको अदालत पेश किया जाएगा। पेश करने उपरांत रिमांड हासिल करके मुकदमा में आरोपी ने जिस चाकू से हत्या की थी उसको बरामद किया जाएगा। हत्या के कारण क्या रहे हैं जी, कुछ अभी तक की जांच के दौरान सामने आए हैं? अभी तक आरोपी बार बार अपने बयान पलट रहा है, जो भी शाम को शराब पी हुए था, शराब के नशे में था, तो अच्छी तरह उसने बताया नहीं है अभी तक। रिमांड के दौरान ये सारी चीज़ें गहनता से पूछताछ के बाद सामने आएंगी, जिसमें वैसे उसने वर्बली बताया है कि बस मेरे को शराब पीने के लिए रोकती थी, बार बार इसी बात को लेकर इनकी लड़ाई झगड़ा होता रहता था, जो पीछे भी इसने एक दो बार इसके साथ मारपीट की है। सर कितने उम्र थी मृतका की और कितने बच्चे थे इसके? मृतका की करीब 36 साल एज थी, तो उसके 3 बच्चे थे, बड़ा लड़का उसका 14 साल का था, उससे 2 बच्चे और हैं छोटे,
और आरोपी की करीब 38 साल हुई। ठीक है।